हेलो स्टूडेंट्स ऑफ क्लास 10 आज मैं ਤੁਹਾਡੇ ਇਸ ਪੰਜਾਬੀ ਆਨਲਾਈਨ ਕਲਾਸ ਦੇ ਵਿੱਚ ਸਵਾਗਤ ਕਰਦਾ ਹਾਂ ਅੱਜ ਅਸੀਂ ਇਸ ਕਲਾਸ ਦੇ ਵਿੱਚ ਆਪਣਾ ਅਗਲਾ ਪਾਠ ਪਾਠ ਨੰਬਰ 15 ਜਿਸ ਦਾ ਸਿਰਲੇਖ ਹੈ ਜੀਵਨ ਮੰਜ਼ਲ ਅੱਜ ਅਸੀਂ ਆਪਣਾ ਅਗਲਾ ਪਾਠ ਪੜ੍ਹਨਾ ਹੈ ਪਾਠ ਨੰਬਰ 15 ਜੋ ਕਿ ਕਿ ਲੇਖ ਹੈ ਕਿ ਲੇਖ ਤੁਸੀਂ ਜਿਵੇਂ ਪੜ੍ਹਦੇ ਹੋ ਅਗਲੇ ਅਗਲੇ ਵਿਸ਼ਾ ਤੁਸੀਂ ਲੇਖ ਪੜ੍ਹਦੇ ਹੋ ਤੇ ਇਹ ਜਿਹੜਾ ਪਾਠ ਹੈ ਤੁਹਾਡਾ ਉਹ ਵੀ ਕਿ ਲੇਖ ਹੈ ਜਿਸ ਦਾ ਸਿਰਲੇਖ ਕੀ ਹੈ ਜੀਵਨ ਮੰਜ਼ਲ ਤੇ ਇਹ ਜਿਹੜਾ ਲੇਖ ਹੈ ਉਹ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਜੀ ਦੇ ਦੁਆਰਾ ਲਿਖਿਆ ਗਿਆ ਹੈ ਜਿਸ ਦਾ ਅਰਥ ਹੈ ਕਿਸ ਲੇਖ ਦੇ ਲੇਖਕ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਜੀ ਹਨ ਹੁਣ ਸਟੂਡੈਂਟਸ ਇਸ ਜਿਵੇਂ ਕਿ ਪਿਛਲੇ ਵੀਡੀਓਜ਼ ਦੇ ਵਿੱਚ ਵੀ ਅਸੀਂ ਵੇਖਿਆ ਹੈ ਤੁਸੀਂ ਇਹ ਜਿਹੜਾ ਪਾਠ ਹੈ ਉਹ ਆਪ ਹੀ ਬੁੱਕ ਚੋਂ ਰੀਡ ਕਰਨਾ ਹੈ ਮੈਂ ਤੁਹਾਨੂੰ ਵੀਡੀਓਜ਼ ਦੇ ਵਿੱਚ ਕੇਵਲ ਇਸ ਪਾਰਟ ਦਾ ਸਾਰ ਦੱਸ ਦੱਸਾਂਗਾ ਤੇ ਹੁਣ ਅਸੀਂ ਇਸ ਲੇਖ ਦਾ ਸਾਰ ਵੇਖਦੇ ਹਾਂ ਕਿ ਕਿਸ ਲੇਖ ਦੇ ਵਿੱਚ ਕਲਿਖ ਜੀ ਨੇ ਆਪਣੇ ਕਿਹੜੇ ਵਿਚਾਰ ਪੇਸ਼ ਕੀਤੇ ਹਨ ਜੀਵਨ ਮੰਜ਼ਲ ਦੇ ਵਿੱਚ ਇਸ ਦੇ ਵਿੱਚ ਲੇਖਕ ਕਹਿੰਦਾ ਹੈ ਕਿ ਦੁਨੀਆ ਦੇ ਸਾਰੇ ਦਰਿਆ ਲਗਾਤਾਰ ਵਹਿੰਦੇ ਹੋਏ ਦਿਨ ਰਾਤ ਸਮੁੰਦਰ ਵਿੱਚ ਪਾਣੀ ਸੁੱਟਦੇ ਹਨ ਜਾਂ ਫਿਰ ਪਾਣੀ ਪਰਦੇ ਰਹਿੰਦੇ ਹਨ ਪਰ ਸਮੁੰਦਰ ਕਦੇ ਵੀ ਭਰਦਾ ਨਹੀਂ ਪਰ ਦਰਿਆ ਫੇਰ ਵੀ ਮਾਇੂਸ ਨਹੀਂ ਹੁੰਦੇ ਠੀਕ ਹੈ ਕਦੇ ਵੀ ਜਿਹੜੇ ਦਰਿਆ ਮਾਇੂਸ ਨਹੀਂ ਹੁੰਦੇ ਉਹ ਕਦੇ ਮਾਇੂਸ ਹੋ ਕੇ ਇਕੱਠਾ ਤੇ ਰੁਕ ਨਹੀਂ ਜਾਂਦੇ ਉਹ ਲਗਾਤਾਰ ਵਹਿੰਦੇ ਰਹਿੰਦੇ ਹਨ ਤੇ ਆਪਣਾ ਪਾਣੀ ਜਿਹੜਾ ਹੈ ਉਹ ਸਮੁੰਦਰ 'ਚ ਸੁੱਟਦੇ ਰਹਿੰਦੇ ਹਨ ਜਾਂ ਫਿਰ ਭਰਦੇ ਰਹਿੰਦੇ ਹਨ ਸੂਰਜ ਸ਼ੁਰੂ ਤੋਂ ਹੀ ਸਮੁੰਦਰ ਨੂੰ ਸੁਕਾਉਣ ਦੇ ਯਤਨ ਕਰ ਰਿਹਾ ਹੈ ਤੇ ਉਸ ਦੀ ਗਰਮੀ ਨਾਲ ਹਰ ਸਮੇਂ ਸਮੁੰਦਰ ਵਿੱਚੋਂ ਭਾਫ਼ ਦੇ ਬੱਦਲ ਉੱਡਦੇ ਰਹਿੰਦੇ ਹਨ ਪਰੰਤੂ ਸਮੁੰਦਰ ਨਾ ਸੁੱਕਦਾ ਹੈ ਨਾ ਘਟਦਾ ਹੈ ਪਰ ਫਿਰ ਵੀ ਸੂਰਜ ਆਪਣਾ ਕੰਮ ਬੰਦ ਨਹੀਂ ਕਰਦਾ ਐਸੇ ਤਰ੍ਹਾਂ ਤਾਰਾ ਮੰਡਲ ਸੂਰਜ ਚੰਦ ਤੇ ਜਿਹੜੇ ਤੇ ਜਿਹੜੇ ਸਾਰੇ ਗ੍ਰਹੇ ਹਨ ਉਹ ਵੀ ਇੱਕ ਤੇਜ਼ ਰਫਤਾਰ ਦੇ ਨਾਲ ਨਸੇ ਜਾ ਰਹੇ ਹਨ ਮੀਨਸ ਦੌੜਦੇ ਜਾ ਰਹੇ ਹਨ ਪਰ ਉਹ ਕਿਤੇ ਵੀ ਅਪੜਦੇ ਨਹੀਂ ਉਹ ਬੇਮਕਸਦ ਕਿਉਂ ਪਜੇ ਜਾਂਦੇ ਹਨ ਸਮੁੰਦਰ ਸ਼ੁਰੂ ਤੋਂ ਹੀ ਆਪਣੇ ਪਥਰੀਲੇ ਕੰਡਿਆ ਨਾਲ ਟੱਕਰਾ ਮਾਰ ਰਿਹਾ ਹੈ ਪਰ ਉਹ ਨਾ ਧਰਤੀ ਨੂੰ ਡੋਬ ਸਕਿਆ ਹੈ ਤੇ ਨਾ ਹੀ ਆਪਣੇ ਕੰਡੇ ਤੋੜ ਸਕਿਆ ਹੈ ਫਿਰ ਉਹ ਲਗਾਤਾਰ ਮੁਸ਼ਕਲ ਛੱਡ ਕੇ ਆਰਾਮ ਕਿਉਂ ਨਹੀਂ ਕਰਦਾ ਇਨਸਾਰਿਆਂ ਪੈਰਸ ਦੇ ਵਿੱਚ ਲੇਖਕ ਕਿ ਸਵਾਲ ਪੁੱਛ ਕੇ ਉਸ ਪੈਰੇ ਨੂੰ ਖਤਮ ਕਰਦਾ ਹੈ ਪਤਾ ਨਹੀਂ ਜਦੋਂ ਤੋਂ ਮਨੁੱਖ ਜੰਮਦਾ ਹੈ ਮਿਹਨਤ ਕਰਦਾ ਹੈ ਤੇ ਫਿਰ ਮਰ ਜਾਂਦਾ ਹੈ ਅੱਜ ਤੱਕ ਨਾ ਉਹ ਆਪ ਬਦਲਿਆ ਹੈ ਤੇ ਨਾ ਹੀ ਦੁਨੀਆ ਫਿਰ ਵੀ ਬੇਫਾਇਦਾ ਆਵਾਗਮਨ ਕਿਉਂ جاری ਹੈ ਫਿਰ ਲੇਖਕ ਜੀ ਦਰਖਤ ਬਾਰੇ ਲਿਖਦੇ ਹਨ ਦਰਖਤ ਦਰਖਤ ਦਾ ਮਤਲਬ ਹੁੰਦਾ ਹੈ ਪੇੜ ਦਰਖਤ ਸ਼ੁਰੂ ਤੋਂ ਹੀ ਉਗਦੇ ਵੱਧਦੇ ਫੁੱਲਦੇ ਫਲਦੇ ਤੇ ਸੁੱਕ ਸੜ ਜਾਂਦੇ ਹਨ ਫਿਰ ਉਗਦੇ ਤੇ ਵਧਣ ਫੁੱਲਣ ਤੇ ਗਲਣ ਸੜਨ ਤੋਂ ਦੇ ਚੱਕਰ ਵਿੱਚ ਪੈਂਦੇ ਹਨ ਕਿਉਂ ਨਹੀਂ ਉਹ ਹਮੇਸ਼ਾ ਰਹਿੰਦੇ ਉਹ ਹਮੇਸ਼ਾ ਕਿਉਂ ਨਹੀਂ ਬਣੇ ਰਹਿੰਦੇ ਅਸਲ ਵਿੱਚ ਇਹੋ ਅਮੁਖ ਮੰਜ਼ਲ ਅਮੁਖ ਪੈਂਡਾ ਅਸੰਭਵ ਮੁਹਿਮ ਤੇ ਦਮ ਬਦਮ ਤਬਦੀਲੀ ਹੀ ਜੀਵਨ ਹੈ ਠੀਕ ਹੈ ਇਹ ਜਿਹੜਾ ਸਭ ਕੁਝ ਇਹ ਜਿਹੜਾ ਵਦਦਾ ਘਟਦਾ ਰਹਿੰਦਾ ਇਹੀ ਕੀ ਹੈ ਜੀਵਨ ਹੈ ਸਦਾ ਤੋਂ ਸਦਾ ਲਈ ਮੰਜ਼ਲੇ ਪਏ ਰਹਿਣਾ ਹੀ ਜੀਵਨ ਹੈ ਮੰਜ਼ਲ ਮੁਕਦੀ ਹੈ ਮੋਇਆਂ ਦੀ ਇਹ ਜ਼ਿੰਦਗੀ ਤਤਾਂ ਤੇ ਰੂਹਾਂ ਖੇੜ ਨਹੀਂ ਇਹ ਬੰਦਾ ਨਹੀਂ ਇਹ ਬੰਦ ਨਹੀਂ ਹੋ ਸਕਦੀ ਤਕਦੀਰ ਤੇ ਗਰਦਸ਼ ਵਿੱਚ ਬੇਵਸੀ ਦਾ ਨਾ ਹੈ ਰੱਬ ਤੋਂ ਵਿਧਾਤਾ ਇਸ ਬੇਵਸੀ ਦੀ ਅਗਿਆਨਤਾ ਦੇ ਨਾ ਹਨ ਬੇਵਸੀ ਤੇ ਅਗਿਆਨਤਾ ਦਾ ਮਜ਼ਾ ਤੇ ਬੇਮਕਸਦ ਤਲਾਸ਼ ਦੀ ਮੌਜ ਇਸ ਜ਼ਿੰਦਗੀ ਦੇ ਸਵਾਦ ਹਨ ਇਹ ਜ਼ਿੰਦਗੀ ਇਹੀ ਤਬਦੀਲੀ ਤੇ ਹੈਰਾਨੀ ਹੈ ਕਿਦਰੇ ਕਿਦਰੇ ਸੁਖ ਦੇ ਝੂਟੇ ਵੀ ਮਿਲਦੇ ਹਨ ਤੇ ਕਦੇ ਦੁੱਖ ਵੀ ਮਿਲਦੇ ਹਨ ਇਸ ਕਰਕੇ ਮਨੁੱਖ ਨੂੰ ਐਸੇ ਛਿੰਨ ਵਿੱਚ ਇਸ ਤਬਦੀਲੀ ਇਸ ਹੈਰਾਨੀ ਤੇ ਇਸ ਛਿੰਨ ਪੰਗਾਰ ਇਸ ਛਿੰਨ ਪੰਗਰ ਦੇ ਸੁਖ ਦਾ ਸਵਾਦ ਲੈਣਾ ਚਾਹੀਦਾ ਛਿੰਨ ਦਾ ਮਤਲਬ ਹੁੰਦਾ ਹੈ ਥੋੜੇ ਸੇ ਸਮੇਂ ਦੇ ਠੀਕ ਹੈ ਚਿੰਪੰਗਰ ਮਤਲਬ ਥੋੜੇ ਜਿਹੇ ਸਮੇਦਰ ਜਿਹੜਾ ਆਨੰਦ ਮਿਲੇਆ ਹੈ ਜੋ ਜੀਵਨ ਮਿਲੇ ਹੈ ਉਸ ਦੇ ਵਿੱਚ ਸਵਾਦ ਲੈਣਾ ਚਾਹੀਦਾ ਹੈ ਕਿਉਂਕਿ ਭੂਤ ਲੰਘ ਗਿਆ ਹੈ ਭੂਤ ਦਾ ਮਤਲਬ ਹੁੰਦਾ ਹੈ ਬੀਤ ਚੁੱਕਾ ਸਮਾਪੂਰ ਭੂਤਕਾਲ ਜਿਵੇਂ ਤੁਸੀਂ ਹਿੰਦੀ ਚ ਵੀ ਪੜਦੇ ਹੋ ਪਾਸਟ ਟੈਂਸ ਅੰਗਰੇਜ਼ੀ ਚ ਪੜਦੇ ਹੋ ਪਾਸਟ ਟੈਂਸ ਹਿੰਦੀ ਚ ਭੂਤਕਾਲ ਪਵਿੱਖ ਆਉਣਾ ਨਹੀਂ ਠੀਕ ਹੈ ਕਦੇ ਵੀ ਕਿਸੇ ਨੇ ਪਵਿੱਖ ਨਹੀਂ ਵੇਖਿਆ ਸੋ ਐਸੇ ਛਿੰਦ ਵਿੱਚ ਜੀਉਣਾ ਚਾਹੀਦਾ ਹੈ ਜਿਹੜਾ ਥੋੜਾ ਜਿਹਾ ਸਮਾਂ ਸਾਨੂੰ ਅੱਜ ਮਿਲਿਆ ਹੈ ਉਸ ਦੇ ਵਿੱਚ ਅਸੀਂ ਜੀਉਣਾ ਚਾਹੀਦਾ ਹੈ ਰੁਕਣਾ ਨਹੀਂ ਚਾਹੀਦਾ ਹੈ ਕਿਉਂਕਿ ਜਿਹੜਾ ਕਿਉਂਕਿ ਜੋ ਰੁਕਣਾ ਹੈ ਉਹ ਮੌਤ ਹੈ ਇਸ ਲੇਖ ਦੇ ਵਿੱਚ ਲੇਖਕ ਨੇ ਜੀਵਨ ਮੰਜ਼ਲ ਦੇ ਬਾਰੇ ਲਿਖਿਆ ਹੈ ਕਿ ਇਹ ਜਿਹੜਾ ਜੀਵਨ ਹੈ ਉਹ ਦੁੱਖ ਸੁੱਖ ਤੇ ਸਾਰੇ ਹੋਰ ਜਿਹੜੇ ਸਮਾ ਦਾ ਇੱਕ ਕੀ ਹੈ ਪੂਰਾ ਜੀਵਨ ਹੈ ਇਸ ਕਰਕੇ ਸਾਨੂੰ ਜਿਹੜਾ ਸਮਾਂ ਮਿਲਿਆ ਹੈ ਉਸ ਦੇ ਵਿੱਚ ਅਸੀਂ ਖੁਸ਼ੀ ਦੇ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਇਹ ਜਿਹੜਾ ਸਾਡਾ ਲੈਕਸੀ ਪਾਰਟ ਨੰਬਰ 15 ਜੀਵਨ ਮੰਜ਼ਲ ਓਕੇ ਅਗਲੇ ਪਾਰਟ ਦੇ ਵਿੱਚ ਅਸੀਂ ਅਗਲੀ ਵੀਡੀਓ ਦੇ ਵਿੱਚ ਅਸੀਂ ਅਗਲਾ ਪਾਰਟ ਪਾਰਟ ਨੰਬਰ 16 ਛੋਟੀਆਂ ਗੱਲਾਂ ਪੜ੍ਹਾਂਗੇ ਤੇ ਹੁਣ ਥੈਂਕ ਯੂ ਗੋਡ ਬlesਸ ਯੂ